ਲੋ ਵੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ। ਮੈਂ ਤੁਹਾਡਾ ਛੋਟਾ ਭਰਾ ਅੰਮ੍ਰਿਤਪਾਲ ਸਿੰਘ ਬੱਬੂ। ਇਸ ਵਕਤ ਆਪਾਂ ਖੜੇ ਹਾਂ ਬਾਈ ਜੀ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ ਤੇ। ਤੇ ਬਾਈ ਜੀ ਸੀਜ਼ਨ ਅੱਗੇ ਆਉਣ ਵਾਲਾਗਾ ਤੇ ਬਾਈ ਜੀ ਨਵੇਂ ਨਵੇਂ ਵੀਡੀਓ ਦੇਖਣ ਲਈ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਠੀਕ ਹੈ ਜੀ, ਮਿਲਦੇ ਹਾਂ ਆਪਾਂ ਕਿਸੇ ਨਵੇਂ ਕੰਡੀਸ਼ਨ ਦੇ ਟਰੈਕਟਰ ਦੇ ਨਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਪਿੰਡ ਕਿਹੜਾ ਜੀ ਆਪਣਾ? ਚੌਕੀ ਜੀ। ਨਾਮ ਕੀ ਹੈ ਜੀ ਆਪਣਾ? ਮਣੀ ਸਿੰਘ ਜੀ। ਮਣੀ ਸਿੰਘ, ਲੈ ਵੀ ਦੋ ਟਰੈਕਟਰ ਲੈ ਕੇ ਆਏ? ਹਾਂਜੀ। ਕਿੰਨੇ ਨੰਬਰ ਪਲਾਂਟ ਪਾਇਆ ਜੀ? 23 ਨੰਬਰ ਜੀ। ਲੈ ਵੀ 23 ਨੰਬਰ ਪਲਾਂਟ ਤੇ ਬਾਈ ਟਰੈਕਟਰ ਲੈ ਕੇ ਆਇਆ ਨਿਊ ਹਾਲੈਂਡ, ਜਿਹਦੀ ਕਹਿੰਦੇ ਮਾਰਕੀਟ ਵੀ ਵੱਧਦਾ ਗਈ 3630। ਇਹ ਕੰਡੀਸ਼ਨ ਦੇਖ ਸਕਦੇ ਹੋ ਬਾਈ ਜੀ। ਸਾਰਾ ਓਰੀਜਨਲ ਆ ਜੀ? ਓਰੀਜਨਲ ਆ ਜੀ। ਲੈ ਵੀ ਸਾਰਾ ਓਰੀਜਨਲ ਟਰੈਕਟਰ ਹੈਗਾ। 3 ਸਪੀਡ ਆ। 3 ਸਪੀਡ ਹੈਗਾ, ਜਿਵੇਂ ਕਹਿੰਦੇ ਨੇਗੇ ਇੰਜਨ ਦਾ ਕੰਚ ਵਰਗਾ ਹੈਗਾ। ਠੀਕ ਹੈ ਜੀ। ਤੇ ਟਾਇਰ ਕਿੰਨੇ ਕੁ ਪੈਸੇ ਪੈਣਗੇ ਬਾਈ? ਹਾਂ ਜੀ, ਟਾਇਰ ਜੀ ਟਾਇਰ 90 ਪੈਸੇ ਆ ਜੀ। 90 ਤੋਂ 95, ਜਿਵੇਂ ਆਪਾਂ ਕਰੀਏ ਵੱਧ ਹੀ ਨਿਕਲਣਗੇ ਜੇ ਆਪਾਂ ਦੱਸਾਂਗੇ ਘੱਟ। ਹਾਂ ਜੀ। ਕਿੰਨੇ ਮਾਡਲ ਆ ਬਾਈ? ਇਹ 8 ਮਾਡਲ ਆ ਜੀ। ਲੈ ਵੀ 8 ਮਾਡਲ ਹੈਗਾ। ਕੰਡੀਸ਼ਨ ਦੱਸ ਵੀ ਆਪਾਂ, ਕੰਡੀਸ਼ਨ ਹੋ ਗਈ 15-16 ਮਾਡਲ ਆ ਜੀ। ਹਾਂ ਜੀ। ਇਹ 15-16 ਤੋਂ ਪਲੱਸ ਵਾਲੀ ਕੰਡੀਸ਼ਨ ਹੋ ਗਈ ਬਾਈ ਜੀ। ਤੇ ਓਕੇ ਰਿਪੋਰਟ ਆ ਗਈ। ਲੈ ਵੀ ਜੀ ਪਾਵਰ ਸਟੀਅਰਿੰਗ ਕਿਤਾ ਹੈਗਾ। ਇੰਜਨ ਗੇਅਰ ਦਾ ਓਕੇ ਆ। ਇੰਜਨ ਗੇਅਰ ਦਾ ਓਕੇ ਹੈਗਾ ਤੇ ਡਬਲ ਡਿਸਟ੍ਰੀਬਿਊਟਰ ਜੀ। ਸਿੰਪਲ ਹੀ ਹੈਗਾ ਤੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਾਈ ਜੀ। ਓਕੇ ਰਿਪੋਰਟ ਆ ਬਾਈ, ਮਗਰਾਟ ਸਾਫ ਪੈ ਨੇ। ਤੇ ਕੀ ਰੇਟ ਰੱਖਿਆ ਬਾਈ ਜੀ ਇਹਦਾ? 4,20,000 ਆ ਜੀ। 4,20,000? ਹਾਂ ਜੀ। ਲੈ ਵੀ 4,20,000 ਰੁਪਏ ਰੇਟ ਰੱਖਿਆ। ਬਾਕੀ ਬਾਈ ਜੀ ਮੌਕੇ ਤੇ ਹੋ ਜਾਊਗਾ ਸੌਦਾ ਪਿੰਡ ਤੇ। ਹਾਂ ਜੀ। ਠੀਕ ਹੈ ਜੀ, ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਤੇ ਕਾਗਜ਼ ਪੱਤਰਾਂ ਦੀ ਗਾਰੰਟੀ? ਓਕੇ ਆ ਜੀ, ਪੰਜਾਬ ਨੰਬਰ ਆ ਜੀ। ਠੀਕ ਹੈ, ਪੰਜਾਬ ਨੰਬਰ ਹੈਗਾ ਜੀ। ਕਾਗਜ਼ ਪੱਤਰਾਂ ਦੀ ਵੀ ਫੁੱਲ ਗਾਰੰਟੀ ਹੋਊਗੀ ਤੇ ਪੰਜਾਬ ਨੰਬਰ ਹੈਗਾ। ਠੀਕ ਹੈ ਜੀ। ਜੇ ਬਾਹਰ ਦੇ ਮੰਨ ਕੇ ਚੱਲੋ ਐਨਓਸੀ ਵਗੈਰਾ ਮਿਲ ਜੂਗੀ ਜੀ, ਹਰਿਆਣਾ ਦਾ। ਠੀਕ ਹੈ। ਤੇ ਅਗਲਾ ਹੈਗਾ ਐਚਰ ਆ ਜੀ। ਐਚਰ ਵੱਧ ਕੰਮ ਕਰਨ ਵਾਲਾ, ਜਿਹੜਾ ਪੁਰਾਣੇ ਮਾਡਲਾਂ ਚ ਵੀ ਜਿਹੜਾ 16 ਮਾਡਲ ਆ ਜੀ। 16 ਮਾਡਲ ਆ। ਲੈ ਵੀ ਜੀ ਟਾਇਰ ਫਰੰਟ ਵੱਡੇ ਪਾਏ ਨੇਗੇ? ਹਾਂਜੀ। ਲੈ ਵੀ ਨਵੇਂ ਨੇ ਟਾਇਰ, ਤੇ ਜਿਵੇਂ ਆਪਾਂ ਕਹਦੇ ਬਾਈ ਜੀ ਕੱਲੀਆਂ ਦੁੱਗਣੀ ਟੁੱਟੀਆਂ ਨੇਗੇ ਟਾਇਰ, ਜਮਾਂ ਨਵੇਂ ਨੇਗੇ। ਠੀਕ ਹੈ ਜੀ। 90 ਤੋਂ 95 ਪੈਸੇ ਕਹਿਣ ਦੀ ਵੀ ਲੋੜ ਹੈਗੀ। ਠੀਕ ਹੈ ਜੀ। 16 ਮਾਡਲ ਆ। 16 ਮਾਡਲ ਹੈਗਾ ਤੇ ਮਗਰਾਟ ਵਗੈਰਾ ਵੀ ਸਾਫ ਪੈਣਗੇ। ਤੇ ਟਰੈਕਟਰ ਸਾਰਾ ਓਰੀਜਨਲ ਆ ਬਈ, ਇਹਨਾਂ ਤਾਂ ਕਹਿਣ ਦੀ ਲੋੜ ਹੀ ਨਹੀਂ ਹੈ ਜਿਵੇਂ। ਲੈ ਵੀ ਇਹਨਾਂ ਤਾਂ ਕਹਿਣ ਦੀ ਲੋੜ ਹੀ ਨਹੀਂ ਹੈਗੀ, ਇਹ ਬਿਨਾ ਪਾਵਰ ਸਟੀਅਰਿੰਗ ਤੋਂ ਹੈਗੇ। ਤੇ ਓਕਕ ਐਨ ਓਕੇ ਪਿਆ ਬਾਈ ਜੀ, ਸਾਫ ਕੰਡੀਸ਼ਨ ਦਾ। ਰਿੰਬ ਰੁੰਬ ਵਗੈਰਾ ਵੀ ਸਾਫ ਪੈਣੇ ਬਈ, ਕੰਡੀਸ਼ਨ ਤੁਸੀਂ ਦੇਖ ਸਕਦੇ ਬਾਈ ਜੀ। ਤੇ ਇਹਦਾ ਕੀ ਰੇਟ ਰੱਖਿਆ ਬਾਈ ਜੀ? ਇਹਦਾ 2,45,000 ਜੀ, ਬਾਕੀ ਮੌਕੇ ਤੇ ਲੈਸ ਹੋ ਜੂ। ਲੈ ਵੀ ਜੀ ਪੰਜਾਬ ਨੰਬਰ ਤਾਂ ਹੈਗੀ ਹੈਗਾ, ਸੰਗਰੂਰ ਦਾ ਨੰਬਰ ਆ ਜਿਵੇਂ ਆਪਾਂ ਕਹਦੇ ਨਾ। ਹਾਂਜੀ। PV16 ਜੀ। PV13 PV13 ਸੰਗਰੂਰ ਦਾ ਨੰਬਰ ਹੈਗਾ। ਤੇ ਮਾਡਲ ਟਰੈਕਟਰ ਵੀ ਦਿਖਾਈ ਦਿੰਦੇ ਤੁਹਾਨੂੰ, ਨਿਊ ਹਾਲੈਂਡ 3630। ਤੇ ਇਹਦਾ ਡਿਮਾਂਡ ਜੀ ਆ? ਹਾਂਜੀ। ਤੇ ਬਾਈ ਜੀ ਇੱਕ ਤਾਂ ਆ ਜਾਂਦਾ ਨਿਊ ਹਾਲੈਂਡ ਸੁਪਰ, ਇੱਕ ਪਲੱਸ, ਤੇ ਇਹ ਹੈਗਾ ਬਾਈ ਜੀ ਸੁਪਰ ਐਡੀਸ਼ਨ ਵਾਲਾ, ਦੇਖ ਸਕਦੇ ਬਾਈ ਜੀ। ਤੇ ਮਾਡਲ ਤਾਂ ਟੌਪ ਆ ਜਿਵੇਂ ਕਹਿ ਦਈਏ, ਟੌਪ ਮਾਡਲ ਆ ਜੀ। 20 ਮਾਡਲ? ਹਾਂਜੀ, 20 ਮਾਡਲ ਹੈਗਾ। ਤੇ ਟਾਇਰ ਕਿੰਨੇ ਕੁ ਪੈਸੇ? ਟਾਇਰ 95 ਪੈਸੇ ਜੀ। ਲੈ 95 ਪੈਸੇ ਹੈਗੇ। ਇੱਕ ਬਾਈ ਜੀ ਜਿਵੇਂ ਆਪਾਂ ਕਹਿ ਦਈਏ ਨਾ, ਜਾਂਸੀ ਚ ਨਹੀਂ ਖੜਾ ਨਾ। ਹਾਂਜੀ। ਠੀਕ ਹੈ। ਲੈ ਬਾਈ ਦੇਖਾ ਦਈਏ ਤੁਹਾਨੂੰ ਲਫਾਫੇ ਲੁਫੂਫੇ ਵਗੈਰਾ ਐਨ ਓਕੇ ਰਿਪੋਰਟ ਬਾਕੀ ਮੀਟਰ ਦਿਖਾ ਦੋ ਜੀ ਚੱਲਿਆ। ਲੈ ਬਾਈ ਮੀਟਰ ਵਗੈਰਾ ਵੀ ਦੇਖ ਲਓ ਤੁਸੀਂ। ਠੀਕ ਹੈ। ਤੇ ਕਿੰਨੇ ਘੰਟੇ ਚੱਲੇ ਹੋਗਾ ਜੀ? ਚੱਲਿਆ ਜੀ 900 ਘੰਟਾ ਚੱਲਿਆ ਹੋਇਆ ਬਾਈ ਜੀ। ਕੰਡੀਸ਼ਨ ਦਾ ਸਾਫ ਹੈਗਾ। PV31 ਮਾਨਸਾ ਦਾ ਨੰਬਰ ਆ। ਲੈ ਬਾਈ PV31 ਮਾਨਸਾ ਦਾ ਨੰਬਰ ਹੈਗਾ। ਠੀਕ ਹੈ ਜੀ। ਫਸਟ ਪਾਰਟੀ ਨਗਦ ਕੈਸ਼ ਤੇ MRF ਦੇ ਬੈਕ ਟਾਇਰ ਨੇ ਤੇ ਫਰੰਟ ਵੀ ਬਾਈ ਜੀ ਕੰਡੀਸ਼ਨ ਸਾਫ ਹੈਗੀ। ਰਿੰਬਰ ਵਗੈਰਾ ਐਨ ਸਾਫ ਪਿਆ ਬਾਈ ਜੀ। ਠੀਕ ਹੈ। ਟੌਪ ਮਾਡਲ ਹੈਗਾ ਤੇ ਲਿੰਕਾਂ ਵਗੈਰਾ ਵੀ ਸਾਫ ਪਈਆਂ ਨੇ। ਠੀਕ ਹੈ ਜੀ। ਕੰਡੀਸ਼ਨ ਤੁਸੀਂ ਦੇਖ ਸਕਦੇ ਹੋਗੇ। ਠੀਕ ਹੈ ਜੀ। ਤੇ ਬਾਕੀ ਰੇਟ ਕੀ ਹੈ ਜੀ? 7.65। ਹਾਂਜੀ। 7.5 ਦਾ? ਹਾਂ ਤੇ ਨਾ, 7.5 ਦਾ। ਹਾਂਜੀ। ਮੌਕੇ ਤੇ 15,000 ਰੁਪਏ ਲੈਸ ਹੋ ਗਿਆ। ਹਾਂ ਠੀਕ ਹੈ ਜੀ। ਨੰਬਰ ਵੀ ਲੈ ਲੈ। ਲੈ ਬਾਈ ਜੀ, ਠੀਕ ਹੈ ਜੀ, ਬਾਈ ਨਾਲ ਕੰਟੈਕਟ ਕਰ ਲਿਓ। ਠੀਕ ਹੈ ਜੀ, ਸਕਰੀਨ ਉੱਪਰ ਨੰਬਰ। ਧੰਨਵਾਦ ਬਾਈ ਜੀ। ਧੰਨਵਾਦ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਤੇ ਮੋਬਾਈਲ ਨੰਬਰ ਦੱਸੋ ਜੀ। ਨਾਮ ਤਾਂ ਮੈਂ ਅਭਿੰਦਰ ਸਿੰਘ ਆ ਜੀ। ਹਾਂਜੀ। ਮੋਬਾਈਲ ਨੰਬਰ 94630-77521। 77521 77521। ਲੈ ਬਾਈ ਜੀ ਦੋ ਟਰੈਕਟਰ ਲੈ ਕੇ ਆਏ? ਹਾਂਜੀ। ਲੈ ਬਾਈ ਜੀ 2002 ਮਾਡਲ ਆ। ਲੈ ਬਾਈ ਜੀ 2002 ਮਾਡਲ ਹੈਗਾ। ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਾਈ। ਟਰੈਕਟਰ ਸਾਰਾ ਓਰੀਜਨਲ ਹੈ? ਸਾਰਾ ਓਰੀਜਨਲ ਹੈ ਜੀ। ਲੈ ਬਾਈ ਸਾਰਾ ਓਰੀਜਨਲ ਹੈਗਾ, 2002 ਮਾਡਲ ਹੈਗਾ। ਅੰਡਰ ਬਲਕ ਲੱਕ ਹੈ। ਐਂਡ ਕੰਡੀਸ਼ਨ ਜੱਜਵੀਂ ਫਤਵੀਂ ਆ। ਲੈ ਦੇਖ ਸਕਦੇ ਹੋ। ਡਬਲ ਕਲੱਚ ਆ। ਡਬਲ ਕਲੱਚ ਚ ਹੈਗਾ ਤੇ ਵੱਡੇ ਹਿੱਸੇ ਵਾਲਾ ਤੇ ਮਗਰਾਟ ਵਗੈਰਾ ਦੀ ਕੰਡੀਸ਼ਨ ਘੱਟ ਆ। ਆਇਆ ਤੇ ਟਾਇਰ ਕਿੰਨੇ ਕ ਪੈਸੇ ਨੇ? ਟਾਇਰ ਵੀ 45 ਪੈਸੇ ਆ। 45 ਪੈਸੇ? ਠੀਕ ਹੈ ਜੀ। ਫਰੰਟ ਥੋੜੇ ਵੱਧ ਨੇਗੇ। ਹਾਂ। ਤੇ ਪਿਛਲੇ 45 ਤੋਂ 50 ਪੈਸੇ ਨੇਗੇ। ਠੀਕ ਹੈ ਜੀ। ਤੇ 2,20,000 ਰੁਪਏ ਰੇਟ। ਪੰਜਾਬ ਨੰਬਰ ਹੈ? ਹਰਿਆਣਾ।
ਹਰਿਆਣਾ ਨੰਬਰ ਪੰਜਾਬ ਦੀ ਐਨਓਸੀ ਵਗੈਰਾ ਮਿਲ ਜਾਂਦੀ ਹਾਂ ਐਨਓਸੀ ਮਿਲ ਜਾਂਦੀ ਪੰਜਾਬ 'ਚ ਨਾਮ ਹੋਇਆ ਪੰਜਾਬ 'ਚ ਨਾਮ ਹੋਇਆ ਹੋਇਆ ਹਾਂ ਠੀਕ ਹੈ ਬਈ ਮੰਨ ਗਿਆ ਜੇ ਹਰਿਆਣਾ ਵਾਲੇ ਵੀਰ ਨੇ ਖਰੀਦਣਾ ਤਾਂ ਹਰਿਆਣਾ ਵਾਲਾ ਖਰੀਦ ਜਾਂਦਾ ਪੰਜਾਬ 'ਚ ਬਈ ਜੀ ਨਾਮ ਹੋਇਆ ਹੋਇਆ ਅਗਲਾ ਕਿਹੜਾ ਟਰੈਕਟਰ ਹੈ ਜੀ 96 ਮਾਡਲ ਲੈ ਬਈ ਜੀ ਆ ਗਿਆ 96 ਮਾਡਲ ਸਵਰਾਜ 735 ਜਿਹੜੇ ਵੀਰ ਕਹਿੰਦੇ ਨੇ ਕਿ ਸਵਰਾਜ 735 ਦਿਖਾ ਦਿਓ ਐਫ ਈ ਠੀਕ ਹੈ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਬਈ ਜੀ 96 ਮਾਡਲ ਸਾਰਾ ਟਰੈਕਟਰ ਇਹ ਵੀ ਰੀਜਨਲ ਹੈ ਹਾਂ ਜੀ ਰੀਜਨਲ ਹੈ ਠੀਕ ਹੈ ਜੀ ਟਾਇਰ ਕਿੰਨੇ ਕੁ ਪੈਸੇ ਦਾ ਟਾਇਰ ਮਗਰ 25 ਕੁ ਪੈਸੇ ਜੀ ਠੀਕ ਹੈ ਜੀ 25 ਕੁ ਪੈਸੇ ਹੈਗੇ ਮੂਰਲੇ 60 ਕੁ ਪੈਸੇ ਆ ਮੂਰਲੇ 60 ਪੈਸੇ ਜੀ ਤੇ ਆਰ ਓਰੀਜਨਲ ਹੀ ਹੈਗੇ ਇਹਨਾਂ ਤਾਂ ਕਹਿੰਦੀ ਲੋੜ ਹੀ ਨਹੀਂ ਹੈ ਜੀ ਠੀਕ ਹੈ ਜੀ ਕੀ ਰੇਟ ਹੈ ਜੀ ਰੇਟ ਤਾਂ 1,15,000 ਹੈ ਲੈ ਬਈ ਜੀ ਜਿਹੜੇ ਵੀਰ ਕਹਿੰਦੇ ਨੇ ਕਿ ਸਾਨੂੰ 2,00,000 ਦਾ ਟਰੈਕਟਰ ਦਿਖਾਇਆ ਕਰੋ ਅੱਜ ਆਪਾਂ 1,00,000 ਰੁਪਏ ਦਾ ਕਦੀ ਟਰੈਕਟਰ ਦਿਖਾਵਾ ਠੀਕ ਹੈ ਜੀ ਲੈ ਬਈ ਜੀ 1,15,000 ਰੁਪਇਆ ਰੇਟ ਹੈਗਾ ਬਾਕੀ ਮੌਕੇ ਤੇ ਹੋ ਜੀ ਮਾਨਤਾਨ ਹਾਂ ਮਾਨਤਾਨ ਹੋ ਜੀ ਫਿਰ ਠੀਕ ਹੈ ਜੀ ਬਾਕੀ ਮੌਕੇ ਤੇ ਮਾਨਤਾਨ ਹੋ ਜੂਗਾ ਇੰਜਨ ਗੇਅਰ ਦਾ ਚੰਗਾ ਹੀ ਪੂਰਾ ਚੰਗਾ ਜੀ ਪੂਰਾ ਲੈ ਬਈ ਜੀ ਇੰਜਨ ਗੇਅਰ ਦਾ ਪੂਰਾ ਚੰਗਾ ਹੈਗਾ ਠੀਕ ਹੈ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋਗੇ ਬਾਕੀ ਬਾਈਆਂ ਦਾ ਸਕਰੀਨ ਉੱਪਰ ਨੰਬਰ ਹੈਗਾ ਤੇ ਇਹ ਤੋਂ ਬਿਨਾ ਹੋਰ ਵੀ ਆਉਂਦੇ ਜਾਂਦੀ ਰਹਿੰਦੇ ਨੇ ਹਾਂ ਜੀ ਆਉਂਦੀ ਜਾਂਦੀ ਰਹਿੰਦੀ ਆਪਣੇ ਠੀਕ ਹੈ ਜੀ ਠੀਕ ਹੈ ਬਾਈ ਜੀ ਧੰਨਵਾਦ ਲੋ ਬਾਈ ਜੀ ਇੱਕ ਬਾਈ ਟਰਾਲੀ ਲੈ ਕੇ ਗੱਲਬਾਤ ਕਰਦੇ ਸਾਰੇ ਕਿੰਨੇ ਗੇਜ ਦੀ ਚਾਦਰ ਲੱਗੀ ਆ ਕੀ ਰੇਟ ਹੈਗੇ ਤੇ ਕੀ ਕੰਡੀਸ਼ਨ ਨੇ ਕਿੰਨੇ ਟਾਇਰ ਬਣ ਗਏ ਠੀਕ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਮੋਬਾਈਲ ਨੰਬਰ ਦੱਸੋ ਜੀ ਮੇਰਾ 9681863682 ਨਾਮ ਕੀ ਹੈ ਆਪਣਾ ਕਾਲਾ ਜੀ ਲੈ ਬਾਈ ਜੀ ਕਾਲਾ ਬਾਈ ਠੀਕ ਹੈ ਜੀ ਨੰਬਰ ਆਏਗਾ 9681863682 ਤੇ ਕਿੰਨੇ ਬਾਈ ਕਿੰਨੇ ਦੀ ਜੀ ਇਹ ਜੀ 11.5 ਹੈ ਜੀ ਟਰਾਲਾ ਡਬਲ ਟਾਇਰਾ ਲੈ ਬਾਈ ਜੀ ਡਬਲ ਟਾਇਰਾ 11.5 ਕੰਡੀਸ਼ਨ ਤੁਸੀਂ ਦੇਖ ਸਕਦੇ ਬਾਈ ਜੀ ਤੇ ਮੈਂ ਖੋਲ ਕੇ ਦਿਖਾ ਦਈਏ ਬਾਈ ਜੀ ਹਾਂ ਜੀ ਖੋਲ ਕੇ ਦਿਖਾ ਦਿਓ ਜੀ ਪੈਂਟ ਸ਼ੇਂਟ ਵਗੈਰਾ ਵੀ ਬਾਈ ਜੀ ਕਰੀ ਜਾਂਦੇ ਨੇ ਠੀਕ ਹੈ ਜੀ ਤੇ ਮੰਡੀ 'ਚ ਨਾਲ ਦੀ ਨਾਲ ਜੇ ਕੋਈ ਗਾਹਕ ਆਉਂਦਾ ਤੇ ਚਾਦਰ ਕਿਹੜੀ ਲੱਗੀ ਜੀ ਚਾਦਰ 10-12 ਦੀ ਲੱਗੀ ਹੈ ਜੀ ਠੀਕ ਹੈ ਜੀ 10-12 ਦੀ ਠੀਕ ਹੈ ਜੀ ਟਾਟਾ ਦੀ ਚਾਦਰ ਹੈ ਜੀ ਹਾਂ ਜੀ ਜੀ ਟਾਟਾ ਦੀ ਚਾਦਰ ਹੈਗੀ ਠੀਕ ਹੈ ਜੀ ਤੇ ਜਾਲੀ ਵਗੈਰਾ ਲੱਗੀ ਹੋਈ ਹੈ ਜੀ ਬਾਕੀ ਜਿਵੇਂ ਤੂੜੀ ਤਾੜੀ ਨੂੰ ਵੀ ਕੰਮ ਦੇ ਦਿੰਦੀ ਹੋਣਾ ਹਾਂ ਬਈ ਜੀ ਕੱਲੀ ਟੋਪੀ ਲਾਉਣੀ ਹੈ ਜੀ ਠੀਕ ਹੈ ਜੀ ਮਾ ਟੋਪੀ ਲਾਉਣੀ ਪੈਂਦੀ ਹੈ ਠੀਕ ਹੈ ਜੀ ਮੂਰੇ ਸੀਜ਼ਨ ਆ ਰਿਹਾਗਾ ਤੇ ਹੁਣ ਜਿਵੇਂ ਜੀਰੀ ਜੂਰੀ ਵਗੈਰਾ ਨੂੰ ਅੱਗੇ ਪੱਲੀਆਂ ਦਾ ਜੱਬੀ ਖਤਮ ਕਰ ਜੱਬੀ ਖਤਮ ਕਰਤਾ ਬਈ ਠੀਕ ਹੈ ਜੀ ਪੱਲੀਆਂ ਨੂੰ ਅਗਲਾ ਕਹੀ ਜਾਂਦਾ ਜੀ ਤੇ ਟਾਇਰ ਹੋਣਗੇ ਵੀ ਬੇਦਾਗ ਹੋਣਗੇ ਹਾਂ ਬੇਦਾਗ ਤੇ ਵੀ ਟਾਇਰ ਬੇਦਾਗ ਹੋਣਗੇ ਜੇ ਲਾਉਣੇ ਆ ਲਾ ਵੀ ਲੈਵਾਂਗੇ ਲਾ ਵੀ ਲਵਾਂਗੇ ਠੀਕ ਹੈ ਜੀ ਉਹਦਾ ਲਾਉਣ ਦਾ ਕੀ ਰੇਟ ਹੈ ਜੀ ਲਾਉਣ ਦੇ 15,000 ਦੇ ਕੱਟਾਂਗੇ ਜੀ 15,000 ਦੇ ਠੀਕ ਹੈ ਜੀ ਤੇ 8 ਨਟੀ ਹੱਬਾ ਜੀ ਹਾਂ ਜੀ ਲੈ ਜੀ 8 ਨਟੀ ਹੱਬਾ ਕੀ ਬਲਾਡੇ ਦਾ ਬਣਾਇਆ ਹੋਇਆ ਫੌਜੀ ਦਾ ਜੀ ਫੌਜੀ ਦਾ ਹਾਂ ਜੀ ਬਲਾਡੇ ਵਾਲੇ ਬਾਈ ਦਾ ਬਣਾਇਆ ਹੋਇਆ ਫੌਜੀ ਦਾ ਠੀਕ ਹੈ ਤੇ ਲੈ ਜੀ ਤੇ ਇਸੇ ਦੀ ਕਿੰਨੇ ਸਾਲਾਂ ਦੀ ਗਾਰੰਟੀ ਹੈ ਜੀ ਇਸੇ ਦੀ ਤੇ ਵੀਰੇ ਜਮ ਨਮਾ ਹੀ ਸਲਾਇਆ ਹੋਇਆ ਠੀਕ ਹੈ ਠੀਕ ਹੈ ਬਾਈ ਤੇ ਪੰਪ ਪੰਪ ਵੀ ਐ ਵੀ ਲੱਗਿਆ ਜੀ ਪੰਪ ਹਾਂ ਜੀ ਲੈ ਵੀ ਪੂਰਾ ਐ ਵੀ ਪੰਪ ਲੱਗਾ ਹੈ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਾਕੀ ਕੰਡੀਸ਼ਨ ਦੀ ਗੱਲ ਕਰੀਏ ਨਵੀਂ ਟਰਾਲੀ ਹੈ ਬਾਈ ਜੀ ਇਹ ਜਗਤਾਰ ਲਿਖਿਆ ਬਾਈ ਠੀਕ ਹੈ ਜੀ ਕੀ ਰੇਟ ਰੱਖਿਆ ਬਾਈ ਇਹ 2,00,000 ਹੈ ਜੀ 2,00,000 ਟਰਾਲਾ ਹੈ ਟਰਾਲਾ ਲੈ ਬਾਈ ਜੀ 2,00,000 ਰੇਟ ਰੱਖੇਗਾ ਬਾਕੀ ਮੌਕੇ ਤੇ ਹੋ ਜੂਗਾ ਬਾਈ ਹਾਂ ਮੌਕੇ ਤੇ ਹੋ ਜੂਗਾ ਬਾਕੀ ਮੌਕੇ ਤੇ ਹੋ ਜੂਗਾ ਅਗਲਾ ਇਹ ਹੈ ਜੀ ਹਾਂ ਜੀ ਲੈ ਬਾਈ ਜੀ ਟਰਾਲੀ ਉੱਤੇ ਇਹ ਟਰਾਲੀ ਆ ਗਈ ਇਹ ਸਿੰਗਲ ਟਾਇਰ ਵਾਲੀ ਸਿੱਧੂ ਮੂਸੇਵਾਲੇ ਬਾਈ ਨੇ ਫੋਟੋ ਵੀ ਪਾ ਦਿੱਤੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਪੇਂਟ ਸੇਂਟ ਵਗੈਰਾ ਸਾਰਾ ਕੁਝ ਆਪ ਕਰਦੇ ਹੋ ਨਾ ਜੀ ਹਾਂ ਪੈਂਟਰ ਤੋਂ ਸਪੈਸ਼ਲ ਕਰਾਉਣੇ ਆ ਜੀ ਠੀਕ ਹੈ ਜੀ 5,000 ਦਾ ਰੰਗ ਕਰਾਉਣੇ ਆ ਠੀਕ ਹੈ ਬਈ ਟਰਾਲੇ ਤੇ ਕਿਰਾਇਆ 6,000 ਦਾ ਠੀਕ ਹੈ ਜੀ ਟਰਾਲੇ ਦੇ 6,000 ਦਾ ਹਾਂ ਜੀ ਆ ਬਈ ਕੰਡੀਸ਼ਨ ਤੁਹਾਨੂੰ ਦਿਖਾ ਰਹੀ ਹੈ ਸਾਫ ਕੰਡੀਸ਼ਨ ਦੀ ਟਰਾਲੀ ਹੈ ਠੀਕ ਹੈ ਜੀ ਜੇ ਸਾਈ ਵਗੈਰਾ ਤੇ ਦੇ ਕੇ ਬਣਵਾਉਣੀ ਹੋਵੇ ਜੀ ਹਾਂ ਜੀ ਹਾਂ ਬਸ ਸਾਈ ਤੇ ਬਣਾਉਣੇ ਜੀ ਆਪਾਂ ਵੀ ਸਾਈ ਤੇ ਆਪਾਂ ਸਾਈ ਤੇ ਬਣਾਉਣੇ ਠੀਕ ਹੈ ਸਾਈ ਤੇ ਬਣਾਉ ਦੇਣਗੇ ਤੇ ਇਹਦੇ ਕੜਿਆਂ ਵਾਲੇ ਰਿੰਬ ਆ ਗਏ ਹਾਂ ਜੀ ਤੇ 8 ਨਟੀ ਹੱਬ ਆ ਗਈ ਠੀਕ ਹੈ ਜੀ ਤੇ ਇਹਦੇ ਟਾਇਰਾਂ ਦਾ ਵੀ ਬਈ ਇਹੀ ਰੇਟ ਹੋਊਗਾ ਇਹੀ ਹੈ ਜੀ ਹਾਂ ਠੀਕ ਹੈ ਬਈ ਇਹ ਵੀ ਬੇਦਾਗ ਇਹਦੇ ਟਾਇਰ ਹੋਣਗੇ ਕੰਡੀਸ਼ਨ ਤੁਹਾਨੂੰ ਵਿੱਚੇ ਵੀ ਦਿਖਾ ਦਈਏ ਠੀਕ ਹੈ ਜੀ ਕੰਡੀਸ਼ਨ ਸਾਫ ਅੱਗੇ ਜਿਵੇਂ ਕਈ ਵੀਰ ਇੱਥੇ ਮੰਡੀ 'ਚ ਆਉਂਦੇ ਜਾਂਦੇ ਰਹਿੰਦੇ ਨੇ ਠੀਕ ਹੈ ਜੀ ਤੇ ਇੱਧਰ ਬਾਈ ਨਾਲ ਦੀ ਨਾਲ ਪੇਂਟ ਵੀ ਕਰੀ ਜਾਂਦੇ ਨੇ ਠੀਕ ਹੈ ਜੀ ਤੇ ਇਹ ਵੀ ਉਹਨੇ ਬਾਈ ਉਹਨੇ ਦੀ ਹੈ ਜੀ ਨਾ ਇਹ 11,600 ਹੈ ਜੀ ਇਹ 11,600 ਹੈ ਜੀ ਇਹ ਟਰਾਲੀ ਹੈ ਜੀ ਇਹ ਟਰਾਲੀ ਹੈ ਜੀ ਮਤਲਬ ਇਹ ਵੀ ਡਬਲ ਟਰੀ ਹੋ ਜਾਂਦੀ ਨਾ ਨਾ ਇਹ ਤਾਂ ਸਿੰਗਲ ਹੀ ਹੈ ਇਹ ਸਿੰਗਲ ਹੀ ਰਹੂਗੀ ਹਾਂ ਇਹ ਸਿੰਗਲ ਹੀ ਰਹੂਗੀ ਇਹ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਪੰਪ ਦੀ 3 ਮਹੀਨੇ ਦੀ ਗਾਰੰਟੀ ਪੰਪ ਦੀ ਤੇ ਸਾਲ ਦੀ ਹੈ ਜੀ ਸਾਲ ਦੀ ਗਾਰੰਟੀ ਹੈ ਪੰਪ ਦੀ ਤੇ ਬਾਕੀ ਓਕੇ ਰਿਪੋਰਟ ਆ ਤੇ ਜੇ ਬਾਈ ਕਿਸੇ ਨੇ ਤਿਆਰ ਕਰਵਾਉਣੀ ਹੋਵੇ ਬਾਈਆਂ ਦਾ ਸੰਪਰਕ ਨੰਬਰ ਸਕਰੀਨ ਉੱਪਰ ਨੰਬਰ ਚੱਲ ਜਾਂਦਾਗਾ ਇਹ ਕਰ ਸਕਦੇ ਹੋ ਕੰਟੈਕਟ ਲਓ ਬਾਈ ਇੱਕ ਟਰਾਲਾ ਤੁਹਾਨੂੰ ਹੋਰ ਦਿਖਾ ਦਈਏ ਤੇ ਇਹਦਾ ਵੱਡਾ ਟਰਾਲੀ ਹੈ ਜਿਵੇਂ ਆਪਾਂ ਕਹਿੰਦੇ ਹਾਂ ਜੀ ਬਟਾ ਫੱਟੇ ਫੁੱਟੇ ਵਗੈਰਾ ਤੁਸੀਂ ਦੇਖ ਸਕਦੇ ਲੱਗੇ ਹੋਏ ਨੇਗੇ ਤੇ ਮਿੱਟੀ ਮੁੱਟੀ ਵਗੈਰਾ ਨੂੰ ਪੂਰਾ ਤਗੜਾਗਾ
ਡਬਲ ਟਾਇਰ ਹੈਗਾ ਤੇ ਟਾਇਰ ਭਾਈ ਇਹਦੇ ਵੀ ਬੇਦਾਗ ਨਹੀਂ ਹਾਂਜੀ ਆ ਇੱਕ ਜੋੜੀ ਤੋਂ 6 ਮਹੀਨੇ ਪੁਆਈ ਨੇ ਠੀਕ ਹੈ ਇਹਦਾ ਨਵੀਂ ਨੇ ਹਾਂ ਨਵੀਂ ਹੈ ਦੂਜੇ ਵੀ ਪੂਰੇ ਕੰਡੀਸ਼ਨ ਓਕੇ ਆ ਠੀਕ ਹੈ ਜੀ ਲੈ ਵੀ ਹੱਬ ਵਗੈਰਾ ਵੀ ਦਿਖਾ ਦੇ ਇਸ ਨੂੰ ਵੱਡੀ ਹੱਬ ਲੱਗੇ ਹੋਏ ਹੈਗੇ ਡਬਲ ਪੰਪ ਲੱਗਿਆ ਜੀ ਵੱਡਾ 8000 ਵਾਲਾ ਲੈ ਵੀ ਡਬਲ ਪੰਪ ਲੱਗਿਆ ਹੋਗਾ 8000 ਤੇ ਗਲੀ ਗੁਲੀ ਤਾਂ ਨਹੀਂ ਪਈ ਕਿਤੋਂ ਨਾ ਕਿਤੋਂ ਨਹੀਂ ਜੀ ਵਿੱਚ ਸਾਫ ਪਰਸ ਦੇ ਸਾਫ ਕਿੰਨੇ ਬਾਈ ਕਿੰਨੇ ਦੇ ਬਈ ਇਹ 11.5 ਹੈ ਜੀ 11.5 ਠੀਕ ਹੈ ਬਈ ਇਹ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਹੁੱਕ ਵੀ ਬਈ ਡਬਲ ਲੱਗੀ ਹੋਈ ਹੈ ਜਿਵੇਂ ਉੱਪਰ ਕਰਨੇ ਤੇ ਥੱਲੇ ਕਰਨੇ ਠੀਕ ਹੈ ਜੀ ਤੇ ਬਾਈਆਂ ਦਾ ਕੰਟੈਕਟ ਨੰਬਰ ਕਰ ਸਕਦੇ ਬਾਈਆਂ ਦਾ ਕੰਟੈਕਟ ਇਹਦੇ ਬਿਨਾ ਟਰਾਲੀ ਬਈ ਕੱਟ ਦਿਓ ਤਾਂ ਨਹੀਂ ਆਪਾਂ ਟਰਾਲੀ ਵੀ ਕੱਟ ਲੈਣੇ ਜੀ ਟਰਾਲੀ ਵੀ ਕੱਟ ਲੈਣੇ ਠੀਕ ਹੈ ਬਈ ਟਰਾਲੀ ਕੱਟ ਵੀ ਲੈਂਦੇ ਨੇਗੇ ਜੇ ਕਿਸੇ ਨੇ ਸਾਈ ਤੇ ਬਣਾਉਣੀ ਹੈ ਸਾਈ ਤੇ ਵੀ ਬਣਵਾ ਸਕਦੇ ਹੋ ਅੱਗੇ ਸੀਜ਼ਨ ਆ ਰਿਹਾ ਬਾਈ ਜੀ ਜਲਦੀ ਤੋਂ ਜਲਦੀ ਜੇ ਕਿਸੇ ਬਾਈ ਨੇ ਟਰਾਲੀ ਬਣਵਾਉਣੀ ਹੈ ਨਾ ਬਾਈਆਂ ਨਾਲ ਸੰਪਰਕ ਕਰ ਚਲ ਬਸ ਇਹਨੂੰ ਕਹੇ ਬਾਈ ਜੀ ਧੰਨਵਾਦ